ਅੱਜ ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਹੁਣ ਅੱਜ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ ਮਾਰਦੇ ਹਾਂ। ਪੂਰਬੀ ਲੱਦਾਖ ਵਿੱਚ ਪਿਛਲੇ ਸਾਲ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਦੇ ਵਿਚਾਲੇ ਬਹੁਤ ਤਣਾਅ ਹੋਇਆ ਸੀ। ਹੁਣ ਖਬਰਾਂ ਹਨ ਕਿ ਇਸ ਦੌਰਾਨ ਬੀਜਿੰਗ ਵੱਲੋਂ ਭਾਰਤ ਦੇ ਸਾਈਬਰ ਅਟੈਕ ਕੀਤਾ ਗਿਆ ਸੀ, ਇਸ ਕਰਕੇ ਮੁੰਬਈ ਵਿੱਚ ਬਿਜਲੀ ਠੱਪ ਹੋਈ ਸੀ। ਦੱਸ ਦਈਏ ਕਿ ਇਸ ਦਾ ਦਾਅਵਾ ਫੇਮਸ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਕੀਤਾ। ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਪਿਛਲੇ ਸਾਲ ਗਲਵਾਨ ਵਿੱਚ ਭਾਰਤ ਤੇ ਚੀਨ ਵਿੱਚ ਹਿੰਸਕ ਝੜਪ ਹੋਈ ਸੀ, ਜਿਸ ਦੌਰਾਨ ਇੱਕ ਦੂਜੇ ਤੇ ਹਮਲੇ ਕੀਤੇ ਗਏ ਸੀ। ਇਸ ਦੇ 4 ਮਹੀਨਿਆਂ ਬਾਅਦ ਲਗਭਗ 1500 ਮੀਲ ਦੂਰ ਮੁੰਬਈ ਵਿੱਚ ਰੇਲ ਗੱਡੀਆਂ ਰੁਕੀਆਂ ਅਤੇ 2 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਬਿਜਲੀ ਠੱਪ ਹੋਣ ਦੇ ਕਾਰਨ ਸਟਾਕ ਮਾਰਕੀਟ ਬੰਦ ਹੋ ਗਈ। ਕੋਰੋਨਾ ਵਾਇਰਸ ਦੇ ਨਾਲ ਵਿਗੜਦੀ ਸਥਿਤੀ ਦੇ ਵਿਚਕਾਰ ਮੁੰਬਈ ਦੇ ਹਸਪਤਾਲਾਂ ਨੂੰ ਵੈਂਟੀਲੇਟਰ ਚਲਾਉਣ ਲਈ ਐਮਰਜੈਂਸੀ ਸਥਿਤੀਆਂ ਵਿੱਚ ਜਨਰੇਟਰਾਂ ਦੀ ਵਰਤੋਂ ਕਰਨੀ ਪਈ ਸੀ। ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਹੁਣ ਸਾਹਮਣੇ ਆਇਆ ਹੈ ਇਸ ਭਾਰਤ ਦੀ ਬਿਜਲੀ ਦੇ ਖਿਲਾਫ ਚੀਨ ਦੀ ਸਾਈਬਰ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ, ਤਾਂ ਜੋ ਭਾਰਤ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਜੇ ਉਹ ਸਖ਼ਤ ਰੁਖ ਅਖਤਿਆਰ ਕਰਦਾ ਹੈ ਤਾਂ ਪੂਰੇ ਦੇਸ਼ ਵਿੱਚ ਬਿਜਲੀ ਠੱਪ ਕੀਤੀ ਜਾ ਸਕਦੀ ਹੈ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਿਹਤ ਮਹਿਕਮੇ ਦੀ ਜਾਂਚ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ ਅਤੇ ਇੱਕ ਦਿਨ ਬਾਅਦ ਹੀ PGIMER ਵਿੱਚ ਹੋਈ ਜਾਂਚ ਵਿੱਚ ਉਹਨਾਂ ਦੀ ਕੋਵਿਡ-19 ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਮੰਤਰੀ ਖੁਦ ਵੀ ਹੈਰਾਨ ਹਨ, ਨਿੱਜੀ ਲੈਬ ਵਿੱਚ ਮੰਤਰੀ ਵੱਲੋਂ ਕਰਵਾਈ ਗਈ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ਼ੁਰੂ ਹੋਏ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਸ਼ਾਮਲ ਹੋਣ ਲਈ ਸਾਰੇ ਵਿਧਾਇਕਾਂ ਅਤੇ ਸੰਬੰਧਿਤ ਅਧਿਕਾਰੀਆਂ ਦੀ ਕੋਵਿਡ-19 ਦੀ ਜਾਂਚ ਲਾਜ਼ਮੀ ਕੀਤੀ ਗਈ ਹੈ। ਸਿਹਤ ਮਹਿਕਮੇ ਨੇ 25 ਫਰਵਰੀ ਨੂੰ ਰੰਧਾਵਾ ਦਾ ਨਮੂਨਾ ਲਿਆ ਸੀ। ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਮੰਤਰੀ ਨੇ 27 ਫਰਵਰੀ ਨੂੰ ਨਿੱਜੀ ਲੈਬ ਵਿੱਚ ਆਪਣੀ ਜਾਂਚ ਕਰਵਾਈ। ਸਿਹਤ ਮਹਿਕਮੇ ਨੇ ਆਪਣੀ ਜਾਂਚ ਰਿਪੋਰਟ ਵਿੱਚ ਮੰਤਰੀ ਨੂੰ ਕੋਰੋਨਾ ਪਾਜ਼ੀਟਿਵ ਦੱਸਿਆ, ਜਦੋਂ ਕਿ ਨਿੱਜੀ ਲੈਬ ਦੀ ਰਿਪੋਰਟ ਨੈਗੇਟਿਵ ਆਈ। ਇਸ ਤੋਂ ਬਾਅਦ ਮੰਤਰੀ ਨੇ ਸ਼ਨੀਵਾਰ ਸ਼ਾਮ ਨੂੰ PGIMER ਵਿੱਚ ਤੀਜੀ ਵਾਰ ਜਾਂਚ ਕਰਵਾਈ, ਇਸ ਵਿੱਚ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ। ਰੰਧਾਵਾ ਨੇ ਕਿਹਾ ਕਿ ਉਹ ਸਿਹਤ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੋਂ ਹੈਰਾਨ ਹਨ, ਕਿਉਂਕਿ ਉਹਨਾਂ ਦੀਆਂ 2 ਹੋਰ ਰਿਪੋਰਟਾਂ ਨੈਗੇਟਿਵ ਆਈਆਂ ਨੇ। ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਲੜਨ ਵਾਲੀ ਕਾਰਕੁਨ ਨਵਦੀਪ ਕੌਰ ਨੇ ਬੀਤੇ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਾਲਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸੇਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਹੋਰ ਅਹੁਦੇਦਾਰਾਂ ਨੇ ਨਵਦੀਪ ਕੌਰ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸੇਸਾ ਨੇ ਕਿਹਾ ਕਿ ਨਵਦੀਪ ਕੌਰ ਨਾਲ ਜੋ ਬੇਇਨਸਾਫੀ ਕੀਤੀ ਗਈ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਅਤੇ ਦੇਸ਼ ਦੇ ਸੰਵਿਧਾਨ ਦੇ ਖਿਲਾਫ਼ ਸੀ। ਉਹਨਾਂ ਕਿਹਾ ਕਿ ਨਵਦੀਪ ਕੌਰ ਦੇ ਖਿਲਾਫ਼ ਧਾਰਾ 307 IPC ਅਤੇ ਡਕੈਤੀ ਤੇ ਜਬਰੀ ਪੈਸਾ ਵਸੂਲੀ ਵਰਗੀਆਂ ਧਾਰਾਵਾਂ ਲਾਈਆਂ ਗਈਆਂ, ਜਦਕਿ ਅਸਲੀਅਤ ਇਹ ਹੈ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ। ਸਿਰਸਾ ਨੇ ਐਲਾਨ ਕੀਤਾ ਕਿ ਅਸੀਂ ਨਵਦੀਪ ਕੌਰ ਦੇ ਨਾਲ ਡਟ ਕੇ ਖੜੇ ਹਾਂ। ਉਹਨਾਂ ਕਿਹਾ ਕਿ ਸਾਡੇ ਖਿਲਾਫ਼ ਬੋਲਣ ਵਾਲਿਆਂ ਦਾ ਮਕਸਦ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ ਅਤੇ ਇਸੇ ਮਕਸਦ ਦੇ ਨਾਲ ਨਵਦੀਪ ਦੇ ਖਿਲਾਫ਼ ਵੀ ਬਿਆਨਬਾਜ਼ੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਨਵਦੀਪ ਕੌਰ ਦੀ ਆਵਾਜ਼ ਸੰਸਦ ਵਿੱਚ ਗੂੰਜੇਗੀ। ਉਹਨਾਂ ਕਿਹਾ ਕਿ ਅਸੀਂ ਇਹਨਾਂ ਪੁਲਿਸ ਵਾਲਿਆਂ ਨੂੰ ਆਖ ਰਹੇ ਹਾਂ ਕਿ ਉਹ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਣ। ਉਹਨਾਂ ਕਿਹਾ ਕਿ ਅਸੀਂ ਸੀਨੀਅਰ ਐਡਵੋਕੇਟ RS ਚੀਮਾ ਅਤੇ ਸਮੁੱਚੀ ਲੀਗਲ ਟੀਮ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਨਵਦੀਪ ਕੌਰ ਸਮੇਤ ਹਰ ਕੇਸ ਪੂਰੀ ਮਿਹਨਤ ਨਾਲ ਲੜਿਆ ਅਤੇ ਇਹਨਾਂ ਦੀ ਰਿਹਾਈ ਯਕੀਨੀ ਬਣਾਈ ਹੈ। ਇਸ ਮੌਕੇ ਨਵਦੀਪ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਕਮਜ਼ੋਰ ਵਰਗਾਂ ਅਤੇ ਜਿਨ੍ਹਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਉਹਨਾਂ ਦੇ ਖਿਲਾਫ਼ ਲੜਦੇ ਰਹਿਣਗੇ। ਨਵਦੀਪ ਨੇ ਕਿਹਾ ਕਿ ਉਹ ਜਨਤਾ ਵੱਲੋਂ ਆਵਾਜ਼ ਬੁਲੰਦ ਕਰਕੇ ਹੀ ਬਾਹਰ ਆ ਸਕੀ ਹੈ। ਹੁਣ ਉਹ ਮਜ਼ਦੂਰਾਂ ਅਤੇ ਦਬੇ ਕੁਚਲੇ ਲੋਕਾਂ ਲਈ ਆਖਰੀ ਸਾਹ ਤੱਕ ਕੰਮ ਕਰੇਗੀ। ਦੱਸਣਯੋਗ ਹੈ ਕਿ ਨਵਦੀਪ ਨੂੰ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਮਿਲੀ ਹੈ। ਉਹ ਕਰਨਾਲ ਦੀ ਜੇਲ੍ਹ ਵਿੱਚ ਬੰਦ ਸੀ। ਡੇਰਾ ਬਾਬਾ ਨਾਨਕ ਕਸਬੇ ਦੇ ਨਾਲ ਲੱਗਦੀ ਭਾਰਤ ਪਾਕ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਦਰਸ਼ਨ ਸਥਲ ਤੋਂ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਨੇ ਇਸ ਸਥਲ ਤੋਂ ਥੋੜ੍ਹੀ ਦੂਰ ਪਾਕ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਖੋਲ੍ਹਣ ਲਈ ਜਥੇਦਾਰ ਰਘਵੀਰ ਸਿੰਘ ਦੀ ਅਗਵਾਈ ਹੇਠ ਸੰਗਤਾਂ ਨੇ ਅਰਦਾਸ ਕੀਤੀ। ਇਸ ਮੌਕੇ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਕਿ ਸਮੁੱਚੇ ਸੰਸਾਰ ਵਿੱਚ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਨੇ ਅਤੇ ਨਿਰਵਿਘਨ ਆਵਾਜਾਈ ਚੱਲ ਰਹੀ ਹੈ, ਪਰ ਭਾਰਤ ਸਰਕਾਰ ਵੱਲੋਂ 16 ਮਾਰਚ 2020 ਨੂੰ ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤਾ ਕਰਤਾਰਪੁਰ ਲਾਂਘਾ ਅਜੇ ਤੱਕ ਨਹੀਂ ਖੋਲ੍ਹਿਆ, ਜਿਸ ਕਾਰਨ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ। ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਇਸ ਵਾਰ ਭਾਰਤ ਸਰਕਾਰ ਵੱਲੋਂ 700 ਸਿੱਖ ਸ਼ਰਧਾਲੂਆਂ ਨੂੰ ਕੋਰੋਨਾ ਮਹਾਂਮਾਰੀ ਦੇ ਨਾਂ 'ਤੇ ਪਾਕ ਵਿਖੇ ਸਾਕਾ ਨਨਕਾਣਾ ਸਾਹਿਬ ਦੀ ਸ਼ਬਦਾਵਲੀ ਦੇ ਸੰਬੰਧ ਵਿੱਚ ਜਾਣ ਤੋਂ ਰੋਕਣ ਨਾਲ ਸਿੱਖ ਸੰਗਤਾਂ ਦੇ ਹਿਰਦੇ ਬਲੁੰਦਰ ਗਏ ਨੇ। ਇਸ ਦੀ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਸਾਡੀ ਸੰਸਥਾ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਦੇ ਨਾਲ ਇਸ ਲਾਂਘੇ ਨੂੰ ਮੁੜ ਖੋਲ੍ਹਿਆ ਜਾਵੇ ਤਾਂ ਜੋ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ। ਮਿਆਂਮਾਰ ਵਿੱਚ ਸੈਨਾ ਦੁਆਰਾ ਤਖ਼ਤਾਪਲਟ ਦੇ ਬਾਅਦ ਸੁਰੱਖਿਆ ਬਲਾਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਤਖ਼ਤਾਪਲਟ ਦੇ ਖਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਰਾਜਧਾਨੀ ਵਿੱਚ ਹੰਝੂ ਗੈਸ ਦੇ ਗੋਲੇ ਦਾਗੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਅਜਿਹੀਆਂ ਖ਼ਬਰਾਂ ਹਨ ਕਿ ਪੁਲਿਸ ਨੇ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿੱਚ ਗੋਲੀਆਂ ਚਲਾਈਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਖਦੇੜਨ ਦੇ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਨੇ। ਪ੍ਰਦਰਸ਼ਨਕਾਰੀ ਦੇ ਸ਼ਦੀ ਅੰਗ ਸਾਨ ਸੂ ਦੀ ਚੁਣੀ ਸਰਕਾਰ ਨੂੰ ਸੱਤਾ ਸੌਂਪਣ ਦੀ ਮੰਗ ਕਰ ਰਹੇ ਨੇ। ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਗੋਲੀਆਂ ਦੇ ਖੋਖੇ ਦਿਖਾਈ
पुष्टि नहीं हुई है। ऐतवार को हिंसा समय पड़की जो मैडिकल के विद्यार्थी राजधानी दी सड़कों से मार्च कर रहे सन। घटना दी जारी हुई तस्वीर और वीडियो प्रदर्शनकारी उस समय भजते दिखे जदों पुलिस ने उन्होंने सख्ती की। राजधानी में किसी के जख्मी होने के बारे में फिलहाल कोई जानकारी नहीं है। सड़कों के गोलियों की आवाज़ा सुनिया गई मनिया जा रहा है कि भीड़ के समोग ग्रनेड भी सुट्टा गया है। सूबे में नशे के खात्मे जंग को होर तेज़ करने पंजाब पुलिस ने नशे के खिलाफ विधि अपनी विशेष मुहिम तहत सूबे भर में NDPS एक्ट अधीन 283 FIR दर्ज करके 392 व्यक्तियों को गिरफ्तार किया। हफ्ता भर चलने वाली यह मुहिम 25 फरवरी 2021 शुरू हुई थी। डायरेक्टर जनरल ऑफ पुलिस दिनकर गुप्ता ने दसिया कि इस मुहिम तहत पुलिस ने सूबे भर में नशे के नाल प्रभावित इलाकों में नाकाबंदी तलाशी मुहिम और संवेदनशील थावां ते नाके लगा के हैरोइन और होर नशे बरामद किए ने। पुलिस वालों इन्ह तिना दिनों के दौरान NDPS मामले के 15 घोषित अपराधियों को भी गिरफ्तार किया। उन्होंने कहा कि मुख्यमंत्री कैप्टन अमरिंदर सिंह की अगवाई वाली पंजाब सरकार की नशे विरुद्ध जीरो सहनशीलता नीति के तहत पंजाब पुलिस सूबे में नशे के खात्मे लिए वचनबद्ध है। पुलिस ने COVID-19 महामारी के दौरान साल 2020 700 किलोग्राम तो वध हैरोइन जिसकी अंतरराष्ट्रीय बाजार कीमत 3500 करोड़ रुपए है जब्त करके 10,000 नशा समगलरों को गिरफ्तार करके नवा रिकॉर्ड कायम किया। इसके अलावा नशा समगलरों की 101 करोड़ की जायदाद जब्त की गई है। नशा विरुद्ध इस मौजूदा मुहिम के तहत तरन तारण पुलिस ने तकनीकी खुफिया से होर जानकारी के आधार पर नशा समगरी लिए बदनाम इलाकों के वड्डी मुहिम चलाई और सिर्फ 3 दिनों में 1.39 किलो हैरोइन और वड्डी गिनती में नशीलियां गोलियां बरामद की। जिक्र योग है कि 1 अप्रैल 2017 तो हुण तक के अंकड़े के मुताबिक पंजाब पुलिस ने नशा समगलरों और सप्लायरों को 1760 किलो हैरोइन 25 किलो समैक 1794 किलो अफीम बरामद की है। इस तो इलावा नशा समगलरों की 163 करोड़ की जायदाद भी जब्त की गई है। कैनेडा के प्रधानमंत्री जस्टिन ट्रूडो ने शनिवार को COVID-19 लड़न और कैनेडा के लोगों के लिए करोना वायरस टीके दुराकों सुरक्षित करने भारत वालों दी गई सहायता से भाईवाली की शलाघा की। एक मीडिया ब्रीफिंग में ट्रूडो ने कहा कि अज सवेरे हैल्थ कैनेडा ने AstraZeneca ऑक्सफोर्ड COVID-19 टीके के सीरम इंस्टीट्यूट ऑफ इंडिया के संस्करण कोविशील्ड को प्राप्त किया। हुण साडे कोल सेहत माहर द्वारा पास किए गए एक सुरक्षित तीसरा टीका है जो कि बहुत उत्साहजनक खबर है जिसका अर्थ है कि जल्द ही वधेरे लोगों को टीका लगाया जाएगा। इस महीने के शुरू में ट्रूडो सरकार तो COVID-19 टीक की खरीद की देरी बारे पूछगिछ की गई थी। कैनेडियन विरोधी धिर के संसद मैंबर ने सरकार ने सवाल किया कि वह टीके लिए भारत की मदद लवेगी तो उस समय सरकार ने कोई प्रतिक्रिया नहीं दी थी। ट्रूडो के प्रधानमंत्री नरेंद्र मोदी को फोन करने के बाद ट्विटर उत्ते यह दावा किया कि भारत कैनेडा के द्वारा मंगी गई COVID-19 टीके की सप्लाई करने की पूरी कोशिश करेगा। अपने बयान में ट्रूडो ने कहा कि जेकर दुनिया COVID-19 जितने में कामयाब हो जाती है तो यह भारत की अत्यंत फार्मास्यूटिकल समर्था के कारण महत्वपूर्ण होगा। इस समर्था में विश्व के नाल साझा करने प्रधानमंत्री मोदी की अगवाई का ट्रूडो ने धन्यवाद किया। प्रधानमंत्री दफ्तर वालों जारी प्रेस बयान में कहा गया कि PM मोदी वालों ट्रूडो ने उन्होंने भावनावों के लिए धन्यवाद किया। देश के सब तो वड्डे कारोबारी मुकेश अंबानी के परिवार को बारूद नाल उड़ाउण की धमकी बारे हुण नवा खुलासा होया है। अत्तवादी जथेबंदी यश उल हिंद ने एक संदेश जारी करके कहा है कि उसने भारत के प्रमुख उद्योगपति मुकेश अंबानी को कोई धमकी नहीं दी है, उसका सिर्फ ना ही वरत्या जा रहा है। अत्तवादी संगठन का कहना है कि मीडिया में जो चिट्ठी प्रकाशित प्रसारित हुई है वह फर्जी है तो उसकी मुकेश अंबानी और भारत के होर किसी उद्योगपति के नाल कोई भी लड़ाई नहीं। इस नाल ही उसने यह भी कहा कि वह काफरां तो कोई भी पैसा नहीं लवेगा। चिट्ठी में यह भी कहा गया कि साड़ी लड़ाई भाजपा से फांसीवाद के विरुद्ध है, असी हिंद के निर्दोष मुसलमाना विरुद्ध नरेंद्र मोदी के माड़े कर्मा विरुद्ध लड़ रहे हैं, असी शरीयत लई लड़ रहे हैं ते ना कि पैसे दे लई। दस दिए कि बीते दिनी मुकेश अंबानी के बंगले के बाहर धमाके खेज समगरी नाल लदी एक स्कॉर्पियो गड्डी खड़ी मिली सी। उसकी जिम्मेवारी कल ऐतवार को इसे जैश उल हिंद वालों लैण की गल आखी गई थी। मुकेश अंबानी की रिहायशगाह के बाहर 12 घंटे तक खड़ी यह लावारस कार जो कि जलेटन दियां छड़ां मिलियां सन जो उस कार के परखचे उड़ा के रख देने दे लई काफ़ी सन। इस सारे मामले की छानबीन लई मुंबई पुलिस अते NIA वालों सांझे तौर उत्ते जांच की जा रही है। पुलिस के मुताबिक जैश हिंद के नवे बैनर तो पता चलता है कि उन्होंने टैलीग्राम चैनल से मुकेश अंबानी को दी गई धमकी के नाल कोई भी संबंध नहीं। पुलिस हुण इस बैनर की असली स्रोत का पता लगाने की कोशिश कर रही है। भाजपा के सीनियर लीडर और राज्यसभा मैंबर सुब्रमण्यम स्वामी ने सरकार वालों दसंबर में खत्म हुई इस वित्तीय वर्ष की तीजी तिमाही के GDP के अंकड़ों उत्ते सवाल खड़े किए हैं। स्वामी ने दावा किया है कि कुछ सूचक अंकों का सहारा लिया जाए तो GDP इस वेले -10 से 15% हो सकती है। दस दिए कि सरकार वालों जारी अंकड़ों में इसनों पॉजिटिव दसिया गया है। इतने पॉजिटिव 0.4% का मतलब यो है कि देश आर्थिक मंदहाली चो बाहर आ गया। दरअसल SPS सूचक अंक तो अर्थव्यवस्था में कीमत के पदर रहनी बहनी की लागत के महंगाई का अनुमान लगाया जाता है।
इस तरह पासे सूचक अंकों के नाल वस्तां ते सेवावां दीआं कीमतां ते मात्रा विच कोई भी तब्दीली मुताबक कीमतां विच तब्दीली नूं नापिआ जांदा है। सो हुण अज दीआं मुख खबरां नूं समाप्त करदे हां, धन्नवाद।